ਅਲੈਕੁਮ ਗਾਈਜ਼, ਅਸਲਾਮ ਅਲੈਕੁਮ ਗਾਈਜ਼, ਕੀ ਹਾਲ ਹੈ ਤੁਹਾਡਾ? ਠੀਕ ਹੋ? ਅਤੇ ਅਸੀਂ ਪਾਲਕ ਲਿਆਏ ਸੀ, ਅਤੇ ਮੈਂ ਆਪਣੀ ਭੈਣ ਨੂੰ ਕਹਿ ਰਹੀ ਸੀ ਕਿ ਤੂੰ ਕੱਟ, ਅਤੇ ਮੇਰੀ ਭਤੀਜੀ ਅਤੇ ਮੇਰੀ ਭੈਣ ਕੱਟਣ ਲੱਗੀ, ਅਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਤੁਸੀਂ ਪਾਲਕ ਕੱਟ ਦਿਉ, ਅਤੇ ਮੈਂ ਪਿਆਜ਼ ਵਗੈਰਾ ਦੇਣੀ ਆ। ਪਿਆਜ਼ ਵੇਖੋ ਨਾ, ਪਹਿਲੇ ਹੀ ਮੇਰੇ ਮੀਆਂ ਨੇ ਇਕੱਠਾ ਕੀਤਾ ਹੈ। ਮੈਨੂੰ ਕਿ ਚਲੋ ਫਿਰ ਤੁਹਾਨੂੰ ਵੀ ਵਿਖਾ ਦੇਣੀ। ਪਾਲਕ ਤੁਸੀਂ ਇਹ ਕੱਟ ਲਓ, ਅਤੇ ਫਿਰ ਮੈਂ ਨਾ ਪਿਆਜ਼ ਵਗੈਰਾ ਕੱਟਣੀ ਆ, ਆਲੂ ਵਗੈਰਾ ਉਬਲਣੇ ਰੱਖਣੀ ਆ, ਤਾਂ ਕਿ ਅਸੀਂ ਟਿੱਕੀਆਂ ਵੀ ਨਾਲ ਹੀ ਬਣਾ ਲਈਏ। ਇੱਕ ਬਰੀਕ ਕੱਟੀ ਜੀ, ਮੇਰੀ ਭਤੀਜੀ ਕੱਟ ਰਹੀ ਹੈ ਪਾਲਕ, ਅਕਲ ਤਾਂ ਲਿਜਣੀ ਨਹੀਂ। ਅਸੀਂ ਪਾਲਕ ਧੋ ਕੇ ਉੱਤੇ ਰੱਖ ਛੱਡੀਏ, ਅਤੇ ਅਸੀਂ ਪਿਆਜ਼ ਕੱਟ ਦਿੱਤੇ ਨੇ, ਅਤੇ ਇਹ ਅਸੀਂ ਟਿੱਕੀਆਂ ਦਾ ਮਸਾਲਾ ਬਣਾ ਲਿੱਤਾ ਹੈ। ਚਿਕਨ ਧੋ ਕੇ ਰੱਖ ਲਿੱਤੀ ਹੈ, ਅਤੇ ਪਕੌੜਿਆਂ ਦਾ ਮਸਾਲਾ ਬਣਾ ਲਿੱਤਾ ਹੈ। ਅਸੀਂ ਹੁਣ ਪਕਾਵਾਂਗੇ ਸਭ ਤੋਂ ਪਹਿਲੇ ਚਿਕਨ ਅਤੇ ਪਾਲਕ, ਉਹਦੇ ਸੀ ਬਾਅਦ ਅਸੀਂ ਪਕੌੜੇ ਵਗੈਰਾ ਕੱਟਾਂਗੇ, ਟਿੱਕੀਆਂ ਵਗੈਰਾ ਬਣਾਵਾਂਗੇ। ਅਤੇ ਦੇਖੋ ਅਸੀਂ ਲਸਣ ਵੀ ਕੁੱਟ ਲਿਆ ਵੇ, ਅਤੇ ਸਾਰਾ ਕੁਛ ਤਿਆਰ ਕਰਕੇ ਰੱਖ ਲਿਆ। ਅਸੀਂ ਹੁਣ ਧਨੀਆ ਨੂੰ ਇਹਦੇ 'ਚ ਮਿਕਸ ਕਰਾਂਗੇ ਟਿੱਕੀਆਂ 'ਚ, ਅਤੇ ਫਿਰ ਅਸੀਂ ਪਹਿਲੇ ਚਿਕਨ ਬਣਾ ਲਈਏ, ਫਿਰ ਅਸੀਂ ਪਕੌੜੇ। Thank you.
ਹੋ ਗਿਆ ਗਰਮ ਅਤੇ ਅਸੀਂ ਉਹਨਾਂ ਵਿੱਚ ਪਾਵਾਂਗੇ ਬੰਦ ਕਰਨੇ ਆ ਅਤੇ ਇਹਨੂੰ ਉਤਾਰ ਦਿੰਦੇ ਹਾਂ ਨਹੀਂ ਸਿੱਖੀ ਰਹੇ ਦੇਖੋ ਗਾਈਸ ਪਕੌੜੇ ਸਾਡੇ ਵੀ ਬਸ ਬਣ ਗਏ ਨੇ ਗਾਈਸ ਸਾਡੇ ਪਕੌੜੇ ਦੇਖੋ ਕਿੰਨੇ ਮਜ਼ੇਦਾਰ ਹੋ ਗਏ ਹੋ ਗਿਆ ਸੀ ਮੁੰਡਾ ਫਿਰ ਫੜਿਆ ਨੂੰ ਵੇਖ ਕੇ ਹੋਰ ਬਿਮਾਰ ਹੋ ਗਿਆ ਟਿੱਕੀਆਂ ਬਣਾਈਆਂ ਨੇ ਅਤੇ ਚਟਨੀ ਇਜਾਜ਼ਤ ਚਾਹੁੰਦੇ ਹਾਂ ਅਤੇ ਸਾਨੂੰ ਇਜਾਜ਼ਤ ਦਿਓ ਅਤੇ ਬਾਏ ਬਾਏ ਓਕੇ ਹਾਫਿਜ਼।